ਇਨਕਮ ਟੈਕਸ ਯਾਰ, ਇਨਕਮ ਟੈਕਸ ਮਹਿੰਗਾ ਫਿਰ ਕੀ ਪਿੱਛੇ ਨਾ ਲੈ ਲਾ। ਉਹ ਕੋਈ ਨਹੀਂ ਕੋਈ ਨਹੀਂ ਉਹ ਯਾਰ, ਫਿਰ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਸਰਕਾਰੀ ਨੌਕਰੀ ਕਿਵੇਂ ਜਾਂਦੀ ਹੈ। ਹਾਂ ਅਡੀਸ਼ਨਲ ਕਮਿਸ਼ਨਰ
ਤੇ ਜਦ ਅਸੀਂ ਆ ਕੇ ਦੇਖਿਆ ਤਾਂ ਗੱਡੀਆਂ ਅਚਾਨਕ ਭਿੜੀਆਂ ਹੋਈਆਂ ਸੀਗੀਆਂ ਅਤੇ ਉਹਦੇ ਵਿੱਚੋਂ ਇੱਕ ਬੰਦਾ ਤਾਂ ਥਾਈ ਮਰ ਗਿਆ ਅਤੇ ਅਚਾਨਕ ਦੱਸਣ ਦੇ ਮੁਤਾਬਕ ਉਹਨਾਂ ਦੇ ਵੀ ਇੱਕ ਗੱਡੀ ਦੇ ਥੱਲੇ ਹੋਰ ਆ ਬੰਦਾ, ਅਜੇ ਤੱਕ ਉਹਦੀ ਕੋਈ ਪੜਤਾਲ ਨਹੀਂ ਹੋਈ ਅਤੇ ਚੈਨ ਹਜੇ ਤੱਕ ਨਹੀਂ ਪਹੁੰਚੇ। ਗੱਡੀਆਂ ਤਿੰਨ ਤਾਂ ਜੀ ਇੱਥੇ ਹੀ ਨੇ ਅਤੇ ਦੋ ਬੈਕ ਸਾਈਡ 'ਤੇ ਟਕਰਾਈਆਂ ਨੇ, ਪੰਜ ਗੱਡੀਆਂ ਛੇ ਗੱਡੀਆਂ ਟਕਰਾਈਆਂ ਨੇ। ਹਾਂਜੀ ਉਰੇ ਤਿੰਨ, ਉਰੇ ਅਤੇ ਦੋ ਗਾਹ ਤੋਂ ਹੀ ਕੱਢੇ ਨੇ ਬੰਦੇ। ਕਿੰਨੇ ਬੰਦੇ ਤੁਸੀਂ ਹਸਪਤਾਲ ਪਹੁੰਚਾ ਚੁੱਕੇ ਹੋ? ਪੰਜ ਬੰਦਿਆਂ ਨੂੰ ਜੀ। ਤੇ ਕਿੰਨਿਆਂ ਦੀ ਇੱਥੇ ਤੁਹਾਡੇ ਕੋਲ ਜਿਹੜੀ ਡੈਥ ਹੋਈ ਹੈ? ਡੈਥ ਇੱਕ ਦੀ ਹੋਈ ਹੈ ਹਜੇ ਤੱਕ ਤਾਂ ਜੀ, ਪੜਤਾਲ ਕਰਨ 'ਤੇ ਇੱਕ ਦੀ ਅਤੇ ਦੂਏ ਹਜੇ ਤੱਕ ਕੋਈ ਲੱਭਿਆ ਨਹੀਂ। ਉਹ ਭਾਈ ਸਾਹਿਬ ਇਹ ਗੱਡੀ ਜੋ ਟਰੱਕ ਹੈ ਨਾ, ਇਹ ਪਹਿਲੇ ਆ ਰਹੀ ਸੀ ਹੌਲੀ ਹੌਲੀ ਆਰਾਮ ਨਾਲ, ਉਹ ਪਿੱਛੇ ਸੇ ਆ ਕੇ ਜੋ ਛੋਟੀ ਗਾੜੀ ਹੈ ਉਹ ਪਿੱਛੇ ਸੇ ਆ ਕੇ ਮਾਰ ਦਿਆ, ਪਹਿਲੇ ਉਹ ਪਲਟ ਗਈ ਫਿਰ ਦੂਏ ਇਹ ਪਲਟ ਗਈ ਰੋਡ 'ਤੇ ਹੀ ਬੰਦੇ, ਮੈਂ ਇੱਕ ਦੋ ਔਰ ਖੜ੍ਹਾ ਸੀ ਪਿੰਡ ਦੇ ਹੀ, ਉਹ ਬੰਦੇ ਚਾਰ ਨਿਕਾਲ ਦੀ, ਇੱਕ ਬੰਦੇ ਅੰਦਰ ਦੇਖੇ ਦੱਬੇ ਹੋਏ, ਫਿਰ ਇਹੀ ਕਹਾਣੀ ਆ ਵੀ ਬਹੁਤ ਖਾਸੀ ਗੱਡੀਆਂ ਖੜ ਗਈਆਂ, ਫਿਰ ਸਭ ਕੋ ਹੌਲੀ ਹੌਲੀ ਆਰਾਮ ਨਾਲ ਤੋਰਨੇ ਲੱਗ ਗਿਆ, ਇਹੀ ਕੰਮ ਆਪਣਾ ਕਰ ਰਿਹਾ, ਫਿਰ ਇਹੀ ਹਾਦਸਾ ਹੈ। ਉਹ ਮੋਟਰਸਾਈਕਲ ਹਰਿਆਣੇ ਕਾ ਬੰਦਾ ਬਹੁਤ ਭਾਰੀ ਜ਼ਿਆਦੀ, ਉਹ ਆ ਕੇ ਵਿੱਚ ਇਹਦੇ ਮਾਰਿਆ, ਉਹਦਾ ਹੈਲਮੇਟ ਕਰਕੇ ਬਚਾਅ ਹੋ ਗਿਆ, ਨਹੀਂ ਉਹ ਵੀ ਫਿਰ ਉਹ ਵੀ ਖੰਨੇ ਹਸਪਤਾਲ ਗਿਆ, ਅਭੀ ਉਸਕੋ ਭੇਜਿਆ ਸਿਵਲ ਹਸਪਤਾਲ। ਟਰੱਕ ਦੇ ਨਾਲ ਹੋਇਆ ਜੀ। ਕਿੰਨੇ ਕੁ ਵਜੇ ਦਾ ਟਾਈਮ ਸੀ? 8:15 ਦਾ ਟਾਈਮ ਸੀ ਜੀ। ਕੀ ਕਾਰਨ ਕੀ ਰਿਹਾ? ਘਰ ਉਹ ਮਤਲਬ ਅੱਗੇ ਐਕਸੀਡੈਂਟ ਹੋਇਆ ਸੀ ਆ, ਅਤੇ ਗੱਡੀ ਅੱਗੇ ਗੱਡੀ ਜਾ ਰਹੀ ਸੀ ਔਰ ਕੱਟਰ ਦੇ ਅੱਗੇ ਮੂਹਰੇ ਗੱਡੀ ਖੜ੍ਹ ਗਈ ਆ ਅਤੇ ਉਹਦੇ ਵਿੱਚ ਜਾ ਕੇ ਲੱਗੀ ਜੀ। ਹਾਂ ਅੱਗੇ ਐਕਸੀਡੈਂਟ ਹੋਇਆ ਹੋਇਆ ਸੀ ਨਾ, ਅਤੇ ਉਹਦੇ ਕਰਕੇ ਹੋਇਆ ਜੀ। ਬਸ ਮਾੜੀ ਮੋਟੀ ਰਗੜਾ ਲੱਗੀ। ਹਾਂਜੀ ਕਾਫੀ ਗੱਡੀਆਂ ਸੀ ਜਿਹੜੇ ਐਕਸੀਡੈਂਟ ਹੋਏ। ਹਾਂ ਧੁੰਦ ਕਰਕੇ ਹੋਇਆ ਜੀ, ਧੁੰਦ ਨਾਲ ਹੋਇਆ। ਇਹ ਸਵੇਰੇ 7:30 ਤੋਂ ਲੈ ਕੇ 25-30 ਗੱਡੀਆਂ ਟਕਰਾਈਆਂ ਸੀਆਂ, ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤ 'ਤੇ ਤੁਰੰਤ ਅਸੀਂ ਪਹੁੰਚ ਗਏ ਸੀਗੇ ਮੌਕੇ 'ਤੇ, ਅਤੇ ਪਿੱਛੇ ਲਿਬੜੇ ਤੋਂ ਲੈ ਕੇ ਇੱਥੇ ਤੱਕ ਲਗਾਤਾਰ ਕਾਫੀ ਐਕਸੀਡੈਂਟ ਹੁੰਦੇ ਸੀ, ਸਾਡੇ ਸੀਨੀਅਰ ਅਫਸਰ ਨੇ ਹਦਾਇਤ ਕਰਕੇ ਫਟਾਫਟ ਇਹ ਗੱਡੀਆਂ ਕਲੀਅਰ ਕਰਵਾ ਦਿੱਤੀਆਂ ਅਤੇ ਇੱਕ ਡੈੱਡ ਬੋਡੀ ਪਿੱਛੋਂ ਨਿਕਲੀ ਉਹ ਸਾਈਡ 'ਤੇ ਕਰਾ ਦਿੱਤੀ ਹੈਗੀ ਆ, ਅਤੇ ਸਾਡੇ ਅਫਸਰ ਵੀ ਮੌਕੇ 'ਤੇ ਆ ਰਹੇ ਨੇ। ਉਹਦੇ 'ਚ ਹਾਲੇ ਤੱਕ ਕਲੀਅਰ ਨਹੀਂ ਹੋਇਆ, 10-15 ਗੱਡੀਆਂ ਜ਼ਰੂਰ ਐਕਸੀਡੈਂਟ ਹੋਈਆਂ ਸੀਆਂ, ਆਈ ਥਿੰਕ ਕੋਈ 7-40 ਤੱਕ। ਉਹ 'ਚ ਟੋਟਲ 5-7 ਸੀਗੇ ਉਸ ਟਾਈਮ ਜਿਹੜੇ, ਪਰ ਜ਼ਿਆਦਾ ਨਹੀਂ ਸੀਗੇ, ਜਾਨੀ ਨੁਕਸਾਨ ਸੀ, ਗੱਡੀਆਂ ਕਾਫੀ ਫੁੱਟੀਆਂ ਸੀਗੀਆਂ। ਉਸ ਤੋਂ ਬਾਅਦ ਇੱਥੋਂ ਦਾ ਮੈਸੇਜ ਆਇਆ, ਅਸੀਂ ਤੁਰੰਤ ਇੱਥੇ ਆ ਕੇ ਜੇ ਸੀ ਮੰਗਾ ਕੇ ਰਸਤਾ ਕਲੀਅਰ ਕਰਾ ਦਿੱਤਾ ਹੈਗਾ, ਅਤੇ ਡੈੱਡ ਬੋਡੀ ਨੂੰ ਹੋਸਪਿਟਲ ਭੇਜ ਰਹੇ। ਕਿੰਨੀਆਂ ਗੱਡੀਆਂ ਨੇ ਟੋਟਲ? ਟੋਟਲ 15-20 ਗੱਡੀਆਂ ਹੋਣਗੀਆਂ। ਧੁੰਦ ਦਾ ਕਾਰਨ ਹੈ ਜੀ, ਮੇਨ ਤਾਂ ਧੁੰਦ ਕਾਰਨ, ਗੱਡੀਆਂ ਬਹੁਤ ਤੇਜ਼ ਚੱਲਦੀਆਂ, ਧੁੰਦ ਕਰਕੇ
ਇਹ ਹਾਦਸਾ ਵਾਪਰ ਰਿਹਾ। ਅਤੇ ਇਸ ਬਾਰੇ ਸਾਡੇ ਸੀਨੀਅਰ ਅਫਸਰ ਗੱਲ ਵੀ ਕਰਨਗੇ, ਵੈਸੇ ਮਹਿਸੂਸ ਤਾਂ ਹੁੰਦੀ ਹੈ।